वाहेगुरु जी का खालसा, वाहेगुरु जी की फतेह। दूरों नेड़ों चल करके सतगुरां दे पावन चरणां कमलां विच अत्यंत श्रद्धा सहित आप जी जुड़ बैठे हो, सुभाग प्राप्त होया है सत्संग विच जुड़न दा। एक एक घड़ी सतगुरां दे प्रेम दे विच सफली बनाइए। चल रहे गुर इतिहास दे पावन प्रसंगां विचों आप जी ने सरवण कीता सी, गुरु नानक पातशाह अलाचीन पंछियां दे इलाके विचों गुजरदे हुए एक पर्वत दी शिखर ते आन खड़ोए। पांच साल दी उम्र दा एक बालक चौंकड़ा ला के अपने आनंद विच बिस्माद होया है। भाई मरदाना जी पुछते ने, बाबा ये कौन है? गुरु नानक साहब आखते आ मरदाने हैं भगत प्रहलाद जी। सतगुरु ने सत करतार आखे है, भगत प्रहलाद जी ने नेत्र खोले, पूछे आ कौन हो, कितों आए हो? गुरु बाबा जी ने अगो दसिया, असी निरंकार के दास हाँ, वो भेजे तो आए हैं। फिर भगत जी ने कसवटी लाने वास्ते सवाल किया, भांडा केड़ा है, दुध किस है, किस विच पाया है, किमें तपाया है, किमें समाया है, किवें उन्हूं मथे है, किहड़ी थां ते रखे है, ते किवें उन्हूं जखे है। आत्मक मंडल दे सवाल सन। गुरु नानक पातशाह जी ने एक एक सवाल दा बड़ी भावना दे नाल जवाब दिता है, तसली बख्श। ये सुन के भगत प्रहलाद अत्यंत प्रसन्न हो गए, उठ के गुरु नानक साहब जिया के चरणा ते ढह के मत्था टेक दिता। इथों तक आप जिया ने चल रही पावन गुरकथा का आनंद माणिया। आओ कुछ समा मन चित बिरतियां नूं एकाग्र चित बनाइए। प्यार दी पाओ सांझ, गज बज के आखो जी सतनाम श्री वाहिगुरु साहिब जी, सतनाम श्री वाहे गुरु साहिब जी। दोहे दिश होवा हर कबिसाला, कहत बचन प्रहलाद रसाला। दीन दुनिया दे मालक पहले पातशाह गुरु नानक साहिब जी निराकार परमेश्वर, जिन्हां नूं भगत प्रहलाद जी ने दोने हाथ जोड़ चरना ते सीस रख मत्था टेक दिता, ते गुरु बाबा जी ने उन्हां दे प्यार विच भिज के भगत प्रहलाद के चरणा ते अपना सिर रख दिता।
ਇਹ ਦ੍ਰਿਸ਼ ਵੇਖ ਭਾਈ ਬਾਲਾ ਜੀ ਕਹਿੰਦੇ ਅਸੀਂ ਭਾਵੁਕ ਹੋ ਗਏ। ਦੁਨੀਆ ਰੱਬ ਨੂੰ ਮੱਥਾ ਟੇਕਦੀ, ਰੱਬ ਆਪਣੇ ਪਿਆਰਿਆਂ ਨੂੰ ਮੱਥਾ ਟੇਕ ਦਿੰਦਾ। ਦੋਨੇ ਤਰਫਾਂ ਤੋਂ ਸੁੱਖ ਸ਼ਾਂਤ ਪੁੱਛੀ ਹੈ, ਇਕੱਠੇ ਬੈਠੇ ਰਹੇ ਕਈ ਘੜੀਆਂ। ਆਤਮਕ ਮੰਡਲ ਦੀਆਂ ਗੱਲਾਂ ਹੁੰਦੀਆਂ ਰਹੀਆਂ, ਬੜਾ ਕੁਝ ਭਗਤ ਪ੍ਰਹਿਲਾਦ ਜੀ ਨੇ ਪੁੱਛਿਆ, ਬਹੁਤ ਕੁਝ ਗੁਰੂ ਨਾਨਕ ਸਾਹਿਬ ਜੀ ਨੇ ਪੁੱਛਿਆ। ਵਕਤ ਬਤੀਤ ਹੁੰਦਾ ਗਿਆ, ਭਾਈ ਬਾਲਾ ਜੀ ਕਹਿੰਦੇ ਮੇਰੇ ਮਨ ਦੇ ਵਿੱਚ ਚਾਅ ਸੀ ਮੈਂ ਬੁਲਾ ਕੇ ਵੇਖਾਂ। ਜਿਨ੍ਹਾਂ ਬਾਰੇ ਆਪਾਂ ਰੋਜ਼ ਪੜ੍ਹਦੇ ਹਾਂ, ਹਰ ਯੁੱਗ ਯੁੱਗ ਭਗਤੀ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਧੇ, ਹਰ ਨਾਕਸ਼ ਦੁਸਤ ਹਰ ਮਾਰਿਆ ਪ੍ਰਹਿਲਾਦ ਕਰਾਇਆ, ਜਿਨ੍ਹਾਂ ਬਾਰੇ ਪੜ੍ਹਿਆ ਸੁਣਿਆ ਅੱਜ ਉਹਨਾਂ ਨੂੰ ਵੇਖਣ ਦਾ ਮੌਕਾ ਮਿਲ ਗਿਆ। ਇਹ ਦੁਰਲੱਭ ਸਮਾਂ ਸੀ, ਨਜ਼ਰਾਂ ਭਰ ਭਰੇ ਅਸੀਂ ਵੇਖਦੇ ਰਹੇ। 5 ਸਾਲ ਦੀ ਉਮਰ ਭਗਤ ਪ੍ਰਹਿਲਾਦ ਜੀਆਂ, ਜਿਨ੍ਹਾਂ ਨੂੰ ਹੁਣ ਲੱਖਾਂ ਸਾਲ ਹੋ ਚੁੱਕੇ ਆ, 5 ਤੇ ਕਿਉਂ ਖੜੇ? ਬੰਦਗੀ ਵਾਲੇ ਪੁਰਸ਼ ਜੋ ਅਮਰ ਹੁੰਦੇ ਨੇ ਉਹ ਕਦੇ ਵੀ ਉਮਰਾਂ ਦੇ ਮੁਤਾਜ ਨਹੀਂ ਹੁੰਦੇ। ਉਮਰਾਂ ਵਿੱਚ ਬੰਨਿਆ ਮਨੁੱਖ ਕਦੇ ਅਮਰ ਨਹੀਂ ਹੁੰਦਾ। 5-5 ਸਾਲਾਂ ਦੀ ਉਮਰ ਦੇ ਵਿੱਚ ਰੱਬ ਦੀ ਪ੍ਰਾਪਤੀ ਕਰਨ ਲਈ ਜੀਵਨ ਹੀ ਉਹ ਹੈ ਜਦੋਂ ਰੱਬ ਮਿਲ ਗਏ, ਉਹਦਾ ਪਿਆਰ ਮਿਲ ਗਿਆ। ਬੜੇ ਕੋਮਲ ਦੇ ਅੰਗ ਨੇ ਭਗਤ ਪ੍ਰਹਿਲਾਦ ਜੀਆਂ ਦੇ, ਬਰਫਾਂ ਦੇ ਵਿੱਚ ਬੈਠੇ ਆ ਪਰ ਆਪਣੇ ਆਨੰਦ ਵਿੱਚ ਹਨ। ਕੁਛ ਦੇਰ ਗੁਰੂ ਨਾਨਕ ਸਾਹਿਬ ਬਚਨ ਬਲਾਸ ਕਰਦੇ ਰਹੇ। ਤੁਮ ਅਵਤਾਰ ਭਈ ਜਗ ਮਾਹੀ, ਜਿਉ ਨਰ ਸਿੰਘ ਭਏ ਮਮ ਚਾਹੀ। ਪ੍ਰਹਿਲਾਦ ਜੀ ਬੜੇ ਪ੍ਰੇਮ ਨਾਲ ਆਖਣ ਲੱਗੇ, ਪ੍ਰਭੂ ਜੀ ਤੁਸੀਂ ਇਹ ਅਵਤਾਰ ਧਾਰਨ ਕੀਤਾ ਨਰਸਿੰਘ ਦੇ ਵਾਂਗ, ਭਗਤ ਪ੍ਰਹਿਲਾਦ ਦੀ ਰੱਖਿਆ ਜੇ ਰੱਬ ਨੇ ਕੀਤੀ, ਨਰਸਿੰਘ ਦਾ ਰੂਪ ਬਣ ਕੇ ਕੀਤੀ ਹੈ। ਪਰ ਨਰਸਿੰਘ ਰੱਬ ਨਹੀਂ ਸੀ, ਰੱਬ ਦੀ ਇੱਕ ਅੰਸ਼ ਸੀ। 24 ਅਵਤਾਰਾਂ ਦੇ ਵਿੱਚੋਂ ਇੱਕ ਸਨ ਨਰਸਿੰਘ, ਕਿਉਂਕਿ ਰੱਬ ਤੋਂ ਬਿਨਾਂ ਵੀ ਕੁਝ ਨਹੀਂ ਤੇ ਰੱਬ ਤੋਂ ਬਾਅਦ ਵੀ ਕੁਝ ਨਹੀਂ, ਸਭ ਕੁਝ ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਹੈ, ਉਹਦੀ ਅੰਸ਼ ਵਿੱਚ ਹੈ, ਉਹਦੇ ਰੂਪ ਵਿੱਚ ਹੈ। ਜਿੰਨੀ ਸ੍ਰਿਸ਼ਟੀ ਦੇ ਦੇਵੀ ਦੇਵਤੇ ਪੀਰ ਪੈਗੰਬਰ ਨੇ ਰੱਬ ਤੋਂ ਬਾਹਰ ਕੋਈ ਨਹੀਂ, ਸਭ ਰੱਬ ਦਾ ਹੀ ਰੂਪ ਨੇ, ਪਰ ਰੱਬ ਨਹੀਂ ਨੇ। ਗੁਰੂ ਨਾਨਕ ਸਾਹਿਬ ਜੀ ਦੇ ਸਨਮੁਖ ਬੈਠੇ ਭਗਤ ਪ੍ਰਹਿਲਾਦ ਸਤਿਗੁਰਾਂ ਦੀ ਮਹਿਮਾ ਕਰਦੇ ਆ, ਪ੍ਰਭੂ ਜੀ ਉਦੋਂ ਵੀ ਆਪ ਆਏ ਚੱਲ ਕੇ, ਅੱਜ ਜਦੋਂ ਮੈਂ ਸੁਣ ਮੰਡਲ ਵਿੱਚ ਬੈਠਾ, ਆਪਣੇ ਆਨੰਦ ਵਿੱਚ ਬੈਠਾ, ਤੁਹਾਨੂੰ ਮਿਲਣ ਦੀ ਤਾਂਘ ਰੱਖਦਾ ਸੀ, ਤੁਸੀਂ ਇਹ ਕਲਯੁੱਗ ਦੇ ਵਕਤ ਵਿੱਚ ਆਪਣਾ ਅਵਤਾਰ ਧਾਰਨ ਕੀਤਾ। ਭਾਗ ਹੋਆ ਗੁਰਸੰਤ ਮਿਲਾਇਆ, ਪ੍ਰਭ ਅਵਨਾਸੀ ਘਰ ਮੈਂ ਪਾਇਆ। ਮੇਰੇ ਭਾਗ ਵੱਡੇ ਨੇ, ਮੈਨੂੰ ਆਪ ਦੇ ਦੀਦਾਰ ਹੋਏ ਨੇ। ਜਬ ਲਗ ਸੰਤ ਦੁੱਖ ਹੈਨ ਕਿਹੇ ਰੀਤੀ, ਬਹੋਰੋ ਧਰਮ ਹੋਤ ਬਿਪਰੀਤੀ। ਜਦੋਂ ਜਦੋਂ ਤੇਰੇ ਸੰਤ ਜਨਾਂ ਨੂੰ, ਤੇਰੇ ਪਿਆਰਿਆਂ ਨੂੰ ਲੋਕਾਂ ਨੇ ਦੁਖੀ ਕੀਤਾ, ਦੁਸ਼ਟਾਂ ਨੇ ਤਪਾਇਆ, ਤੁਸੀਂ ਉਦੋਂ ਉਦੋਂ ਆਪ ਕੋਈ ਨਾ ਕੋਈ ਰੂਪ ਭੇਜ ਕੇ ਆਪਣੇ ਪਿਆਰੇ ਦੀ ਲਾਜ ਰੱਖਦੇ ਰਹੇ। ਪਹਿਲਾਂ ਵੀ ਰੱਖੀ ਹੈ, ਅੱਜ ਵੀ ਰੱਖਦੇ ਆ, ਸਦਾ ਰੱਖਦੇ ਰਹਿਣਗੇ, ਪਰ ਬਸ਼ਰਤ ਰੱਬ ਦਾ ਪਿਆਰਾ ਪਿਆਰਾ ਹੋਵੇ, ਪ੍ਰੇਮ ਕਰਨ ਵਾਲਾ ਹੋਵੇ। ਨਾ ਹੋਵੇ ਦੁਨੀਆਂ ਨਾਲ ਤੇ ਮਾਇਆ ਨਾਲ ਪਿਆਰ ਹੈ, ਲਾਂਭੇ ਰੱਬ ਨੂੰ ਦਵੇ ਵੀ ਮੇਰੇ ਕੰਮਾਂ 'ਚ ਰੱਬ ਨਹੀਂ ਖੜਦਾ। ਜੇ ਮਨਾ ਤੂੰ ਠੱਗੀਆਂ ਮਾਰੇਗਾ ਤੇ ਰੱਬ ਕਿਉਂ ਖੜੂਗਾ? ਤੂੰ ਬੇਈਮਾਨੀਆਂ 'ਤੇ ਖੜਿਆ, ਤੇਰੇ ਅੰਦਰ ਖੋਰ ਚੱਲਦਾ, ਕਪਟ ਚੱਲਦਾ, ਬਾਹਰੋਂ ਜੱਡਾ ਮਰਦੀ ਧਰਮੀ ਬਣਿਆ ਫਿਰੇ, ਕਿਉਂ ਖੜੂ ਰੱਬ? ਰੱਬ ਖੜੇ ਹੀ ਉੱਥੇ ਹੈ ਜਿੱਥੇ ਉਹਨੂੰ ਲੱਗਦਾ ਸੀ ਮੇਰੀ ਜ਼ਰੂਰਤ। ਆਪਾਂ ਰੱਬ ਰੱਬ ਕਰਦੇ ਹਾਂ ਨਾ, ਇੱਕ ਪਾਸੇ ਸਾਨੂੰ ਕਰੋੜਾਂ ਦੀ ਔਫਰ ਦੇ ਦੀ, ਉਹਦੀ ਰੱਬ ਭੁੱਲ ਜਾਣਾ, ਕਿਹਨੂੰ ਯਾਦ ਹੈ? ਮਾਇਆ ਕਰਕੇ ਮਨੁੱਖ ਧਰਮ ਨਾਲ ਜੁੜਿਆ ਹੈ ਬਹੁਤਾਤ ਵਿੱਚ, ਵਿਰਲੇ ਨੇ ਜਿਹੜੇ ਪ੍ਰੇਮ ਨਾਲ ਜੁੜਦੇ ਆ ਧਰਮ ਨਾਲ, ਪ੍ਰੇਮ ਕਰਕੇ। ਗੁਰੂ ਬਾਬਾ ਗੁਰੂ ਨਾਨਕ ਸਾਹਿਬ ਨੂੰ ਆਖਣ ਲੱਗੇ, ਪਾਤਸ਼ਾਹ ਤੇਰਾ ਇੱਕ ਬਿਰਦ ਹੈ, ਤੇਰਾ ਪੈਰ ਹੈ, ਜੋ ਜੋ ਤੇਰੇ ਭਗਤ ਦੁਖਾਏ
तत्काल तुम मारा तेरे भगतां तेरे प्यारियां नूं जद किसे ने दुख दिता ते दुखी कीता तू उदो ही मार दिता, तू नहीं बख्शिया। क्योंकि रब किसे नाल वैर नहीं रखता, पर जद कोई हंकार करके उहदियां भगतां नूं सताउंदा है फिर उह बख्शदा नहीं। तब तन धर संकट जन खापो जग मेह देहे धर्म को थापो। ए प्यार विच भगत प्रहलाद सिफत करदे आ प्रभु दी, सतगुरु जी धर्म भी तुसी थापे आ, अवतार भी तुसी आप। दुनिया विच जिन्ने धर्म ने कोई धर्म माड़ा नहीं, जद जद कोई धर्म चलदा है वो रब दी देन है, वो अलग गल है। धर्म विच चंगा माड़ा की है वो मनुख ते एक कसवटी है। असी धर्म नूं माड़ा कहण लग पैने, धर्म की विरोधता करन लग जाने, धर्म की निंदा करन लग जाने। धर्म ते धर्मी दोनों ही वस्तुआं उत्तम ने। हुण जे शेर के रूप च गधा लुकिया होवे वो शेर थोड़ा बन जाए, जे धर्म की आड़ दे विच कोई पखंडी वध घट बोले माड़े कर्म करे तो धर्मी थोड़ा हो जाए। धर्म किसी दे बुरा क्या बुरा नहीं होंदा, किसी दे चंगा क्या उच्चा नहीं होंदा, तो सदा ही सम है। गुरु साहब नूं कहिंदे महाराज आप हमेशा शरीर धारण करके आउंदे ने, जद जद लोड़ पई रब जद भी वरतदा ना, सृष्टि विच वरतदा है, मनुखां विच वरतदा है, किसे रूप विच वरतदा है। कहिंदे जद भी तेरे प्यारियां ते कदे भीड़ पई तू उस रूप विच आके उहनां दी लाज रखी है। उस्तत पुन किया पद बंदन दर्शन कर ही दोख निकंदन। प्रेम विच भिज के भगत प्रहलाद गुरु नानक साहब की महिमा करते रहे, सिफत करते रहे। समाप्ति तो बाद उन्हें गुरु साहब नूं नमस्कार की। देखो ये है भगती, माफ करियो जिवें कुत्ते नूं खीर नहीं ना बचती, हंकारी बंदे नूं कदे रब दी भगती नहीं पाउंदी। अंदर हुण ऐब, अंदर हुण विकार, हंकार दा नको नक भरिया है, जात दा अभिमान अभिमान है, ते आखे जी मैं सिमरन करदा मैं बंदगी करदा मेरे ते असर हो जू, कदे भी नहीं होना। पहला ही कूड़ा करकट मन विच अंदर है, डस्टबिन भरिया पिया है। किसी डस्टबिन विच जाके परफ्यूम छिड़कोगे खुशबू आएगी, उन्नी उहनूं भी पद रूप कर दे। गंदगी का भरिया बंदा जो नाम जप के हंकार करता ना, कि नाम ने अंदरों हंकार कटना सी, विकार कटने सी, पर इनू अपने धर्म का ही हंकार हो गया भी मेरे वर्गा उत्तम ते सच्चा कोई, फिर धर्म की करूंगा जी। पखंडी कदों बनता बंदा जिन्हों अपने धर्म के अभिमान हो गए, उन्हों समाज कहिंदा ये पाखंड है। जो धर्म तो दूर हो जाए धर्म नूं टिच समझ लग जाए। गुरु नानक साहब की सिफत सलोता करके नमस्कार करके कहते परमात्मा जी तेरे कवन कवन गुण कह कह गावा तू ठाकुर गुणी निधाना, तू साहिब गुणी निधाना, तू ते गुणा का खजाना है, तू ते सागर है। मैं जिन्ने भी गुण तेरे वाहिगुरु गावा उन्ने थोड़े ने, सब धर्म तू आप चलाए, धर्मां दे विच तू आप वरतदा है। श्री अंगद जी सुन हित साथा मैं बूझत पाप होरो गाथा। जदों ये बचन बलास गुरु साहब ते भगत प्रहलाद जी विच हुंदे रहे, भाई बाला जी कहिंदे गुरु अंगद देव जी महाराज मेरे मन विच ही आया मैं भी ते पुछ लां कुछ, ऐसे सत पुरशां कोल बैठा जुड़ियां कोल बैठा, भागां वाला समा हुंदा ए रब दे प्यारियां कोल बहिण वाला, उन्हां दी संगत विच भी बह जाइए ना, उन्हां दा परछावा भी पै जाए, वह भी जिंदगी तार जदों सतगुरां दे नाल भगत प्रहलाद प्रेम दे बोल बोलदे रहे, मैं भी फिर हाथ जोड़ के आखिया हे प्यारे हो जरा साडा भी बचन सुन लो। कहिंदे इन्ना कोमल सुभाअ सी भगत प्रहलाद जी दा जिवें गुलाब दा फुल है ना, जे उहनूं हाथ नाल मसल भी दोगे ना तुहाडे हाथ चों खुशबू आएगी, उहदी लाली लग जाएगी। मिठे मिठे बोल, अखां नीवियां, छोटा जिहा शरीर, पतला बलूक जिहा,
हाथ जोड़ के बैठे सतगुरां दे सन्मुख जिस वेले मैं प्यार दी बेनती कीती उन्हां मेरे वल तके आए अपनी कथा सुनावो सारी ज्यों प्रभ रखिया की न तुम्हारे मैं बड़े प्यार नाल बेनती कीती सतपुरशो जे आप जी दी मौज होवे ना मैनू अपने जीवन दी कथा सुनाओ जिवे वाहगुरु जी ने तुहाडी रखिया कीती। देखो एक गल है धार्मिक ग्रंथां चों सुनी किसे कोलों सुनी ते एक गल जिहदे नाल बीती होवे सुन के नज़ारा ही होर हुंदा है। तुहाडे नाल कोई घटना घटी आ मैं दूजे तीजे बंदे तों सुणा ओह गल नहीं बणदी। जिहदे नाल बीतिया जिहने अखी वेखिया हड्डी हंडाया ना उहदे सुणाउण दा तरीका ही होर होवेगा ते उस गल दा सरूर भी होर होवेगा। कहिंदे जदों मैं प्यार विच बेनती कीती ना महापुरख हस के कहिंदे छोटी उम्र दे भगत प्रहलाद कहिंदे जाणदे ते सारा कुछ हो तुसीं पर जे तुहाडा हुक्म होया ना ते हुक्म नूं नभाउणा इह मेरा फर्ज है। मैं अदब सहित बेनती कीती भी जे तुहाडी मौज आ ते सुणा दिओ कौण नहीं जाणदा भगत प्रहलाद ते ध्रुव जी दे बारे। हर धर्म दा मनुख जाणदा है इस्लाम दे लोक जाणदे आ क्रिश्चन लोग जानते हैं सनातन मत जानता है बुद्ध धर्म जानता है ये वड्डे धर्म ने सिख धर्म दंत कथावां चलदियां ने भगत प्रहलाद जी दियां पुराने बजुर्ग सुनाउंदे हुंदे सी भगत प्रहलाद दियां दादियां साखियां हुण ते दादियां नूं आप नहीं कख पता की सुनाउणा सवेर तों लैके शाम तक ब्यूटी पार्लर दे ख्याल आउंदे आ उह दादी ने अपनी पोती नूं की सिखा देना भी बंदगी की है ते भगत प्रहलाद कौन है क्योंकि जमाना नहीं बदलिया असी बदल गए बेईमान हो गए असी ना शुक्रे हो। गुरु नानक साहब जी के सन्मुख जदों मैं ये बेनती कर दिती भगत प्रहलाद कहिंदे है ते जानी जाणो तुसी सब कुछ जानदे हो पर किवे किवे रखिया उस परमात्मा ने मेरी कीती है मैं दसनी चाहुंदा हां सर्व जगत में बिदत कहानी फिर भाई मरदाना जी ने बेनती की मैनू चंगा लगू के दे जे तुसी अपनी रसना तो आप सुना दो क्योंकि जिदे नाल बीती होंगी है ना उन्हें लॉजिकली गल करनी होंगी है उही गल दूजे तीजे चौथे गल चले जाती है मसाला ला के कर लैंदा तरीके ना कर लैंदा पर वो गल वो टच नहीं मिलता। भाई बाले ते मरदाने की बेनती सुनी भगत प्रहलाद जी ने हाथ जोड़े कहिंदे हुक्म सिर मत्थे इहनूं कहिंदे भगत जन मां पुत जम्मे ते ऐसा जम्मे वरना ना जम्मे जननी जनै ता भगत जन कह दाता कै सूर नाहे ता जननी बाज रहे काहे गवावे कहिंदे मैं मां जे धी पुत नूं जन्म देना किसे दाते नूं जम्मी दुनिया नूं रजा के सूवे किसे भगत प्यारे नूं जम्मी जो रब दी भगती करे किसे शहीद नूं जम्मी जो अपनी कौम लई लड़े वेखी किते किसे कुत्ते बिले नूं जम के ना स्पष्ट गल्लां कहिंदा अपनी जवानी दा नूर ना खराब कर लई जिहदे करके गुरबाणी ने भी तैनूं कह दिता कि तू बाद जो जीते जाणी है इहो जी औलाद नूं ना जाणी। भगत कहिंदे काहे गवावै नूर नाहे तां जननी बाज रहे कहिंदे जा मां फिर बाज रहे क्यों नूर गवाउणी है जे औलाद ही ऐसी जमती जी तो डर डर तू चलना फिर कोई फायदा नहीं। भगत प्रहलाद बेपरवाह सन उन्हां दी मां सी ना जिहड़ी माता उन्हें सपोर्ट कीती है पिता दी ते सारी जिंदगी सपोर्ट नहीं मिली एक मां दे हाथ है अपने धी पुत नूं किवें तराशना है भज नहीं सकती मां अपनी जिम्मेवारी जो जो उन्हें बचपन में अपनी औलाद नूं दिता ना जो सिखाया परवरिश दिती है सारी जिंदगी ओहो ही बोलनी है। बच्चा सीखदा अपनी मां तो प्यो तो नहीं सीखदा 99% समा मां का धी पुत दे नाल हुंदा 1% समा प्यो का हुंदा कोल रहिंदा उह ते बाहर ही रहिंदा ते जो घरों सीखिया बच्चिया उही करना है। भगत प्रहलाद दसदे आ क्योंकि भगत प्रहलाद जी का अगे हुण जिक्र आ जाणा है वह कल्ले नहीं सी चार भरा सी चार तीन ऐसे सी पिता के मुताबिक चलते सी चौथा पुत सी सब तो छोटा
जिन्हें प्यो का ख्याल नहीं रखे प्यो की करता है कहते मैनू जो पाएगा रब न पाएगा मैं वो कर इस करके सुनना चाहते हैं। भगत जी कहते मैं रब तो डर के सुना लगा कि वाहिगुरु प्यारे ने मेरा साथ दिता है जब मम बैन सुने अस काना बोलियो तब प्रहलाद सो जाना। बड़े प्रेम दे विच भगत प्रहलाद दसन लगे कहिंदे वाहिगुरु नूं मैं सदा ही अंग संग जाने जाणिया नहीं गल्ला पापा भी कह दिंदे आ लै वाहिगुरु अंग संग कहण नाल की है जिदण मन्नेगा गल उस दिन जे तू रब नूं अंग संग मन्नदा इत्थे तुहानूं किन्ने मिल जाने आ लै मैं ते रब तो बिना किसे दी परवाह नहीं करदा नूं अद्धी रात 12 बजे आखूं भी पानी दा गलास लै आ बाहरों कहता मैं नहीं जानता पर कल डर लगता तू तो कहता रब मेरे अंग संग तू तो परछावियां को डरी जाता तू तो नेरिया को डरता फिरता गल्ला तू रब दियां करता वो जेडे रब के साथी बन गए ना जिन्होंने अंग संग वाहिगुरु को समझे है उन्होंने बंद बंद भी कटा लिया डर जलादा का भी नहीं रखे आ महीना चलता ना बोलता बाबा जोरावर सिंह की बाबा फतेह सिंह की डरे किसी तो बिल्कुल नहीं। पर एक गल है जिंदड़ का नवा साल जड़िया ना कैलेंडर के मुताबिक अज इन्हों बहुत वराग सी ते बड़ा दुख सी शहादत का सतक दिन कन्न च पाया भी नहीं लभदे कितने गए सतनाम पोस्टा भी सेव सुब हो गई घट गया पे चार दिन बुखार चढ़ता है ये की है ये प्रभावी बुखार है ये बहुत असर नहीं है जिन्हें अंग संघ जाने ना उस करते दुनिया की परवाह तो छोड़ो वो मौत की परवाह भी नहीं करता। गुरु नानक साहब सच्चे पातशाह जी के सामने के आखन लगे पातशाह जुग कैसा भी होवे रब लई जुग नहीं बदलता उहदे लई समां नहीं बदलता यह सब कुछ मनुखां दे तल ते बदलता है। होर एक समय जग ना हो तारत पे अवतार बराहो सतयुग दे समय दी गल दसदे आ कहिंदे एक समय रब दी भेजी अंश 24 अवतार जो विष्णु दे होए ने कहिंदे उहनां दे विचों ना ब्राह दा अवतार धरती ते आ गया। ब्राह कहिंदे सूर सूर समझदे हो जी पिंग पी आई जी साहब कहिंदे सूर दा अवतार सी हुण जिहड़े 24 अवतार ने उहनां च अलग अलग कोई कछू दा अवतार सी कोई मच्छी का अवतार से कोई सूर का अवतार से चौबी दे चौबी अवतार जीवा के अवतार से आपको अपनी कला लेके आए। गुरु नानक साहब जी के समक्ष दसन लगे कहते पातशाह जो ब्राह का अवतार इस धरती से आया उन्हों उस रूप चाहना पैंदा सी जिस रूप में दुनिया चलती सी उस रूप दे विच कहिंदे ओ आप आया धरती ते आके उन्हें सच दा प्रचार कीता। मम प्रित पाता छित कोली ने गयो रसातल गर्ब तपीने जदों कहिंदे ब्राह ने अपना अवतार धारण कीता अद्धा शरीर मनुखा वाला अद्धा शरीर सूर वाला कहिंदे मेरे पिता उहदा राज बहुत वड्डा सी मेरा चाचा ते मेरा पिता एडे प्रभावी सन तप करके उन्होंने ना राज सतयुग विच कीता कल्ले मुल्तान ते नहीं कीता। भगत प्रहलाद दसदे आ कहिंदे सत पतालां ते आकाशां तक राज लै गए राजा इंद्र भी उन्हां दा पानी भरदा सी बड़े राजे ऐसे होए धर्मी जी ये धर्म दीयां परिभाषावां ने दुनियावी तौर ते सिकंदर भी 70% दुनिया जित के 30% जीती नहीं सकिया यूनान दा बादशाह सिकंदर वो सारी दुनिया थोड़ा जित गया सी बड़ा इलाका ऐसा सी जो सिकंदर तो जितया ही नहीं गया वड्डे वड्डे राजे आए इत्थे अधिक दुनिया ते कुछ टापूआं ते राज करके अपने आप नूं बादशाह कहंदे रहे पर कहिंदे उस वेले मेरे पिता ने ते मेरे चाचे ने अत चुक ली नरकां तक चले गए नरकां तक स्वर्ग लोक तक गए कहिंदे हर थां ते अपनी ताक जमा ली रब नूं जपणों ही हट गए लोग
ਕਹਿੰਦਾ ਕੀ ਸੀ? ਬਾਪੂ ਕਹਿੰਦਾ ਸੀ ਜਲੇ ਹਰਨਾਕਸ਼ ਥਲੇ ਹਰਨਾਕਸ਼ ਹੈਪੀ ਹਰਨਾਕਸ਼ ਹੋਸੀ ਹਰਨਾਕਸ਼। ਵੀ ਕੱਲ ਵੀ ਹਰਨਾਕਸ਼ ਸੀ, ਅੱਜ ਵੀ ਹੈ, ਪਾਣੀ ਵਿੱਚ ਵੀ ਹੈ, ਧਰਤੀ 'ਤੇ ਵੀ, ਆਕਾਸ਼ ਵਿੱਚ ਵੀ ਹੈ, ਸਦਾ ਹੀ ਰਹੇਗਾ, ਮਰਦਾ ਨਹੀਂ। ਕਹਿੰਦੇ ਚਾਚਾ ਮੇਰਾ ਜੱਗੋ ਦੇਰ ਵੀ ਉਹ ਮੇਰੇ ਪਿਓ ਤੋਂ ਵੱਧ ਕੇ ਚੱਲੇ। ਹੁਣ ਜਦੋਂ ਬੰਦੇ ਕੋਲ ਨਾ ਮਾਇਆ ਦੇ ਰਾਜ ਭਾਗ ਆ ਜੇ ਚਾਰ ਬੰਦੇ ਅੱਗੇ ਪਿੱਛੇ, ਫਿਰ ਉਹਨੂੰ ਬੁੱਧੀ ਹੋ ਜਾਂਦੀ ਭ੍ਰਿਸ਼ਟ। ਉਹਨੂੰ ਇਹ ਲੱਗਦਾ ਮੈਂ ਥੋੜ੍ਹਾ ਮਰਨਾ, ਮੈਨੂੰ ਕੀ ਡਰ ਹੈ, ਕਿਹੜਾ ਕਾਨੂੰਨ ਆ ਜੋ ਮੇਰਾ ਕੁਛ ਵਿਗਾੜੂਗਾ, ਕੌਣ ਮੈਨੂੰ ਅੰਦਰ ਕਰ ਸਕਦਾ, ਇੱਕ ਅਭਿਮਾਨ ਆ ਜਾਂਦਾ। ਮੇਰੇ ਪਿਤਾ ਦਾ ਕਹਿੰਦੇ ਰਾਜ ਹੋਇਆ ਰਾਕਸ਼ਾਂ 'ਤੇ, ਰਾਕਸ਼ਸ਼ ਵਿਰਤੀ ਵਾਲੇ ਲੋਕਾਂ 'ਤੇ। ਜਿਵੇਂ ਕਲਯੁੱਗ ਦੇ ਵਿੱਚ ਬੜੇ ਲੋਕ ਨੇ ਨਾ ਰਾਕਸ਼ਸ਼, ਜੋ ਨਾ ਮੱਛੀ ਛੱਡਣ, ਨਾ ਮੁਰਗਾ ਛੱਡਣ, ਨਾ ਬੱਕਰੀ ਛੱਡਣ, ਅਤੇ ਨਾ ਬੰਦੇ ਨੂੰ ਛੱਡਣ, ਉਹਨੂੰ ਕਹਿੰਦੇ ਰਾਕਸ਼ਸ਼। ਅੱਜ ਵੀ ਨੇ ਜਿਨ੍ਹਾਂ ਨੂੰ ਕਿਸੇ ਗਰੀਬ 'ਤੇ ਤਰਸ ਨਹੀਂ ਆਉਂਦਾ, ਕਿਸੇ ਭਿਖਾਰੀ ਮੰਗਦੇ 'ਤੇ ਦਇਆ ਨਹੀਂ ਆਉਂਦੀ, ਰਾਕਸ਼ਸ਼ ਨੇ। ਪਿਤਾ ਮੇਰੇ ਦਾ ਰਾਜ ਐਡਾ ਸੀ, ਕਹਿੰਦੇ ਪਤਾਲ ਲੋਕ ਤੱਕ ਵੀ ਲੋਕ ਕੰਬਦੇ ਸੀ, ਉੱਥੇ ਵੀ ਉਹਨਾਂ ਨੇ ਰਾਜ ਸਥਾਪਿਤ ਕਰ ਲਿਆ। ਇਹ ਕੋ ਮਾਰ ਲੀਨ ਤਬ ਛੋਨੀ ਅਸਥਾਪਨ ਕੀਨੀ ਜਗ ਜੋਨੀ। ਹੁਣ ਮਾੜੇ ਕੰਮ ਕਰਨੇ ਸ਼ੁਰੂ ਕਰਤੇ, ਹੰਕਾਰ ਸੀ ਜਿਵੇਂ ਔਰੰਗਜ਼ੇਬ ਨੂੰ ਸੀ, ਵੀ ਜਿਹੜਾ ਧਰਮੀ ਬੰਦਾ ਕਹਿੰਦੇ ਵੱਢ ਦਿਓ, ਰੱਬ ਸਾਡਾ ਕੀ ਕਰੂ। ਬੜੇ ਲੋਕ ਇੱਥੇ ਤੁਰੇ ਫਿਰਦੇ ਦੁਨੀਆਂ 'ਤੇ, ਕਹਿੰਦੇ ਲੈ ਸਾਡਾ ਰੱਬ ਕੀ ਕਰੂਗਾ। ਇਹ ਹੰਕਾਰੀ ਬੰਦੇ ਦੀ ਬਿਰਤੀ ਹੁੰਦੀ। ਕਹਿੰਦੇ ਜੀ ਰੋਜ਼ ਅੱਤ ਚੱਕੀ ਰੱਖੀ, ਅੱਧਾ ਯੁੱਗ ਬਤੀਤ ਹੋ ਗਿਆ, ਇੰਨਾ ਹੰਕਾਰ, ਇੰਨਾ ਹੰਕਾਰ ਸ਼ਿਖਰ ਲੱਗ ਗਿਆ। ਕਹਿੰਦੇ ਫਿਰ ਉਹ ਰੱਬ ਨੂੰ ਨਾ ਸੂਰ ਬਣ ਕੇ ਆਉਣਾ ਪਿਆ, ਕਿਉਂਕਿ ਨਰਕਾਂ ਤੱਕ ਰਾਜ ਲੈ ਗਈ। ਹੁਣ ਬਿਰਤੀ ਕਿਹੜੀ ਸੀ? ਸੂਰ ਖਾਣ ਵਾਲੀ ਬਿਰਤੀ ਉਹ ਜੀ ਸੀ ਨਾ, ਜਿਹੋ ਜੀ ਕਿਸੇ ਦੀ ਬਿਰਤੀ ਸੀ, ਪ੍ਰਭੂ ਨੇ ਉਹੋ ਜਿਹੇ ਰੂਪ ਬਣਾ ਕੇ ਭੇਜੇ ਵੀ ਇੱਥੋਂ ਮਾਰ ਖਾਓਗੇ, ਜਿਹੋ ਜਿਹਾ ਸੀ। ਜਦੋਂ ਕਹਿੰਦੇ ਉਹ ਰੱਬ ਨੇ ਚਾਚੇ ਮੇਰੇ ਨੂੰ ਮਾਰ ਦਿੱਤਾ, ਕਤਲ ਕਰ ਦਿੱਤਾ, ਰਾਜ ਸੰਘਾਸਣ ਹੋ ਗਿਆ ਖਾਲੀ, ਪਿਤਾ ਮੇਰੇ ਨੂੰ ਚੜ੍ਹ ਗਿਆ ਗੁੱਸਾ ਵੀ ਮੇਰੇ ਭਰਾ ਨੂੰ ਹੱਥ ਪਾਉਣ ਵਾਲਾ ਅਤੇ ਮਾਰਨ ਵਾਲਾ ਜੰਮਿਆ ਕੌਣ ਹੈ। ਹੰਕਾਰ ਸੀ ਬਹੁਤ ਜਿੱਥੋਂ ਗੱਲ ਦੀ ਸ਼ੁਰੂਆਤ ਹੋਈ। ਇਕੱਲੀ ਭਗਤ ਪ੍ਰਹਿਲਾਦ ਦੀ ਸਾਖੀ ਸੁਣਾ ਕੇ ਪਾਸੇ ਹੋ ਜਾਈਏ ਤਾਂ ਗੱਲ ਨਹੀਂ ਬਣਨੀ। ਫਿਰ ਅਗਲਾ ਸੋਚਦਾ ਹੈ ਵੀ ਰੱਬ ਦਾ ਹਰਨਾਕਸ਼ ਨਾਲ ਕੀ ਵੈਰ ਸੀ, ਇਹਦਾ ਮਤਲਬ ਰੱਬ ਆਪਣਾ ਨਾਮ ਜਪਾਉਣ ਨੂੰ ਫਿਰਦਾ ਸੀ? ਮੈਂ ਕਈਆਂ ਤੋਂ ਸੁਣਿਆ ਹੈ। ਕਹਿੰਦੇ ਲੈ ਉਹ ਚੰਗਾ ਭਲਾ ਰਾਜ ਕਰਦਾ ਸੀ, ਆਪੇ ਰੱਬ ਨੇ ਰਾਜ ਦਿੱਤਾ, ਆਪੇ ਹੀ ਵੈਰ ਪੈ ਗਿਆ। ਇਹ ਹੈ ਛੋਟੀ ਸੋਚ ਦੀਆਂ ਗੱਲਾਂ। ਜਦ ਵੀ ਕੋਈ ਪ੍ਰਸੰਗ ਛੇੜੋ ਉਹਨੂੰ ਸ਼ੁਰੂ ਤੋਂ ਲੈ ਕੇ ਘੋਖੋ, ਐਸੇ ਕੀ ਕਾਰਨ ਬਣੇ ਹੋਣਗੇ ਜੋ ਰੱਬ ਨੂੰ ਆਪ ਆਉਣਾ ਪੈ ਗਿਆ? ਕੁਛ ਤਾਂ ਹੋਣਾ, ਕੁਛ ਤਾਂ ਹੋਊਗਾ। ਔਰੰਗਜ਼ੇਬ ਨੇ ਜ਼ੁਲਮ ਕੀਤੇ, ਗੁਰੂ ਕਲਗੀਧਰ ਜੀ ਨੇ ਜ਼ਫਰਨਾਮਾ ਲਿਖ ਦਿੱਤਾ। ਜੇ ਸਤਿਗੁਰਾਂ ਨੇ ਜ਼ਫਰਨਾਮਾ ਲਿਖਿਆ ਉਹਦੇ ਪਿੱਛੇ ਕਈ ਕਾਰਨ ਹੋਣਗੇ ਨਾ, ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨਾ, ਬੜਾ ਜ਼ੁਲਮ ਢਾਉਣਾ, ਹਿੰਦੂਆਂ 'ਤੇ ਵੀ ਜ਼ੁਲਮ ਢਾਇਆ, ਸਿੱਖਾਂ 'ਤੇ ਵੀ ਢਾਇਆ, ਉਹਨੇ ਬਖਸ਼ੇ ਕਿਸੇ ਨੂੰ ਨਹੀਂ, ਮੁਸਲਮਾਨ ਫਕੀਰ ਮਾਰੇ, ਕੋਈ ਕਾਰਨ ਸੀ? ਇੱਥੇ ਵੀ ਕਹਿੰਦੇ ਕਾਰਨ ਸੀ ਕੋਈ। ਜਦੋਂ ਪਿਤਾ ਮੇਰੇ ਨੂੰ ਇਸ ਗੱਲ ਦਾ ਪਤਾ ਲੱਗਿਆ, ਉਹਦੀ ਸੱਜੀ ਬਾਂਹ ਸੀ ਚਾਚਾ ਮੇਰਾ, ਉਹ ਤੋਂ ਭਰਾ ਦਾ ਗਮ ਨਹੀਂ ਸੀ ਆ ਗਿਆ, ਇੰਨਾ ਸਮਝ ਗਿਆ ਵੀ ਵਿਸ਼ਨੂੰ ਨੇ ਅਵਤਾਰ ਧਾਰਨ ਕਰਕੇ ਮੇਰੇ ਭਰਾ ਨੂੰ ਮਾਰਿਆ ਏ। ਜਬ ਤੇ ਮਰਨ ਸੁਣਿਓ ਪਿਤ ਮੇਰੇ, ਭਰਾਤ ਸ਼ੋਕ ਮੇਹ ਦੁਖਤ ਕਨੇਰੇ। ਭਰਾ ਨਾਲ ਪਿਆਰ ਬੜਾ ਸੀ, ਕਹਿੰਦੇ ਇਕੱਠੇ ਮਿਲ ਕੇ ਰਾਜ ਕਰਦੇ ਸੀ ਪਰ ਗੁਨਾਹ ਬਹੁਤ ਕਰਦੇ ਸੀ। ਕਹਿੰਦੇ ਸਤਯੁਗ ਦੇ ਵਿੱਚ ਕਲਯੁਗ ਵਰਤਾਤਾ ਦੋਨਾਂ ਨੇ। ਦੇਖੋ ਆਹ ਗੱਲ ਲੋਕ ਭੁੱਲ ਗਏ ਨਾ ਵੀ ਸ਼ੁਰੂਆਤ ਕਿਹਨੇ ਕੀਤੀ, ਕਿੱਥੋਂ ਹੋਈ। ਜਦੋਂ ਕਹਿੰਦੇ ਉਸ ਵਿਸ਼ਨੂੰ ਭਗਵਾਨ ਨੇ ਆ ਕੇ ਬ੍ਰਾਹ ਦਾ ਰੂਪ ਧਾਰਨ ਕਰਕੇ ਸੂਰ ਦਾ ਰੂਪ ਬਣਾ ਕੇ ਨਰਕਾਂ ਨੂੰ ਲੈ ਗਿਆ ਧੱਕ ਕੇ ਆਪਣੇ ਸਿੰਘ ਨਾਲ, ਜੰਗਲੀ ਸੂਰ ਦੇ ਮੱਥੇ 'ਤੇ ਸਿੰਘ ਜਿਹਾ ਹੁੰਦਾ ਨਾ, ਕਹਿੰਦੇ ਉਹ ਮਾਰ ਮਾਰ ਕੇ ਹੁੱਡਾ ਮਾਰ ਦਿੱਤਾ ਹਰਨਾਕਸ਼ ਦਾ ਭਰਾ, ਉਹਨੇ ਖਤਮ ਕਰ ਦਿੱਤਾ, ਪਾਪ ਦਾ ਹੋ ਗਿਆ ਅੰਤ। ਮਤਲਬ ਸਭ ਤੋਂ ਵੱਧ ਪਾਪੀ ਬੰਦਾ ਸੀ ਉਹ, ਗੱਡੀ ਚਾੜਤਾ ਉਹਨੇ, ਉਹ ਤੋਂ ਬਾਅਦ ਮਾੜਾ ਮੋਟਾ ਅਤੇ ਵਾਧਾ ਘਾਟਾ ਹੁੰਦਾ ਹੀ ਰਹਿੰਦਾ ਨਾ। ਫਿਰ ਜਦੋਂ ਕਹਿੰਦੇ ਉਹਦਾ ਭਰਾ ਮਰਿਆ, ਪਿਤਾ ਮੇਰੇ ਦਾ ਭਾਵ ਚਾਚਾ ਪ੍ਰਹਿਲਾਦ ਜੀ ਦਾ, ਪਿਤਾ ਮੇਰੇ ਨੇ ਬਹੁਤ ਗੁੱਸੇ 'ਚ ਸ਼ੋਕ ਕੀਤਾ, ਕੰਧਾਂ ਨਾਲ ਟੱਕਰਾਂ ਮਾਰੀਆਂ। ਹੁਣ ਇਹ ਸੁਭਾਵਿਕ ਗੱਲ ਹੈ ਜੀ, ਜਦੋਂ ਕੋਈ ਕਿਸੇ ਨੂੰ ਮਾਰਦਾ ਹੈ ਅਤੇ ਜਿਹਦਾ ਮਰਦਾ ਉਹ ਬਖਸ਼ਦਾ ਤਾਂ ਨਹੀਂ ਹੈ, ਚਾਹੇ ਚੰਗਾ ਚਾਹੇ ਮਾੜਾ। ਕੋਈ ਪਿਤਾ ਦੇ ਮਨ ਵਿੱਚ ਆਇਆ ਵੀ ਜਿਹਨੇ ਮਾਰਿਆ ਉਹਨੂੰ ਮੈਂ ਮਾਰ ਮਕਾਉਣਾ ਏ।
ਹਿਰਦੈ ਕੀਨ ਬੋਹਰ ਵੱਡ ਕ੍ਰੋਧਾ ਲਿਓ ਬੈਰ ਕਰ ਬਿਸ਼ਨ ਬਿਰੋਧਾ। ਮਨ ਵਿੱਚ ਵੈਰ ਵਿਰੋਧ ਆ ਗਿਆ, ਪਤਾ ਲੱਗਿਆ ਵੀ ਮਾਰਨ ਵਾਲਾ ਤੇ ਵਿਸ਼ਨੂੰ ਦਾ ਅਵਤਾਰ ਸੀ। ਕਹਿੰਦਾ ਕੋਈ ਗੱਲ ਨੀ, ਫਿਰ ਕਦੋਂ ਤੱਕ ਸੱਚ ਦੀ ਗੱਲ ਕਰ ਲੂ ਉਹ ਧਰਤੀ ਤੇ, ਕਦੋਂ ਤੱਕ ਸੱਚ ਦਾ ਪ੍ਰਚਾਰ ਕਰੂ, ਮੈਂ ਆਪ ਹੀ ਉਧੇੜ ਦਿਆਂਗਾ ਲੱਖੀਆਂ। ਪ੍ਰਣ ਠਾਣ ਲਿਆ ਵੀ ਜਾਂ ਮੈਂ ਨਹੀਂ ਤੇ ਜਾਂ ਫਿਰ ਵਿਸ਼ਨੂੰ ਨਹੀਂ। ਆਖੋ ਸਤਨਾਮ ਦੁਨੀਆ ਨਾ ਵਿਸ਼ਨੂੰ ਨਾਲ ਜੁੜ ਜਾਂਦੀ ਹੈ। ਭਾਵ ਇੱਕ ਲੋਕ ਦੇਵਤੇ ਨੂੰ ਜਾਣ ਲੈਂਦੇ ਆ, ਬ੍ਰਹਮਾ ਵਿਸ਼ਨ ਮਹੇਸ਼ ਰੱਬ ਦੀਆਂ ਸ਼ਕਤੀਆਂ ਨੇ, ਇਹ ਕੋਈ ਪਰਟੀਕੁਲਰ ਕਿਸੇ ਇੱਕ ਧਰਮ ਦੇ ਗੁਰੂ ਨਹੀਂ। ਸ੍ਰਿਸ਼ਟੀ ਦਾ ਕੰਮ ਕਾਜ ਇਹਨਾਂ ਬੋਲੇ ਹੈ। ਜਦੋਂ ਪਿਤਾ ਮੇਰੇ ਨੇ ਪ੍ਰਣ ਕੀਤਾ, ਉਹ ਕਹਿੰਦਾ ਵੀ ਇਸ ਵਿਸ਼ਨੂੰ ਨੂੰ ਮਾਰਨ ਵਾਸਤੇ ਮੈਨੂੰ ਕਿਸੇ ਹੱਦ ਤੱਕ ਵੀ ਜਾਣਾ ਪਵੇ ਮੈਂ ਜਾਵਾਂਗਾ। ਨਾਲ ਦੇ ਮੰਤਰੀਆਂ ਨੇ ਸਮਝਾਇਆ, ਸਲਾਹਕਾਰਾਂ ਨੇ, ਕਹਿੰਦੇ ਬਾਈ ਉਹ ਰੱਬ ਦੀ ਇੱਕ ਸ਼ਕਤੀ ਹੈ ਵਿਸ਼ਨੂੰ, ਤੂੰ ਮਾਰਨ ਵਾਲਾ ਉਹਨੂੰ ਕੌਣ ਹੈ? ਉਹ ਤਾਂ ਤੁਹਾਨੂੰ ਮਾਰ ਗਿਆ, ਤੂੰ ਤਾਂ ਮਰਿਆ ਹੀ ਆ ਨਾ, ਤੇਰਾ ਭਰਾ ਮਰ ਗਿਆ, ਜੋ ਤੇਰੀ ਸੱਜੀ ਬਾਂਹ ਸੀ ਤੂੰ ਮਰਿਆ ਬਰਾਬਰ ਹੈ। ਕਹਿੰਦਾ ਨਹੀਂ ਅਜੇ ਮੈਂ ਮਰਿਆ ਨਹੀਂ, ਮੈਂ ਨਹੀਂ ਅਜੇ ਮਰਿਆ। ਸਮਝ ਲਓ ਜਿਸ ਵਿਸ਼ਨ ਨੇ ਮੇਰੇ ਨਾਲ ਵੈਰ ਪਾਇਆ ਹੁਣ ਉਹ ਵਿਸ਼ਨੂੰ ਰਹਿਣਾ ਹੀ ਨਹੀਂ। ਨਿਜ ਦਸ਼ਨਨ ਸੋ ਅਦਰਨ ਕਾਟੇ ਕਹਿਤ ਪਿਓ ਪ੍ਰਿਤਨ ਸਭ ਡਾਟੇ। ਬੜੇ ਗੁੱਸੇ ਵਿੱਚ ਆ ਕੇ ਇੰਨਾ ਗੁੱਸਾ ਚੜਿਆ, ਹਿਰਨਕਸ਼ਿਪ ਨੂੰ ਜੀ ਦਾ ਨਾਮ ਹਰਨਾਕਸ਼ ਹੈ, ਉਹਨੇ ਗੁੱਸੇ ਵਿੱਚ ਬੁੱਲਾਂ ਨੂੰ ਕੱਟ ਲਿਆ ਦੰਦਾਂ ਨਾਲ, ਪੜਤਾ ਆਪਣੇ ਬੁੱਲ ਕੱਟ ਲਏ। ਗੁੱਸਾ ਹੁੰਦਾ ਕਿਸੇ ਦਾ, ਕੋਈ ਗੁੱਸਾ ਕਿਸੇ 'ਤੇ ਲਾ ਦਿੰਦਾ ਹੈ, ਕੋਈ ਆਪਣੇ ਬੁੱਲਾਂ 'ਤੇ ਲਾ ਦਿੰਦਾ ਹੈ, ਕੋਈ ਹੱਥਾਂ 'ਤੇ ਤਾਰ ਲੈਂਦਾ, ਕੋਈ ਆਪਣੀਆਂ ਚੀਜ਼ਾਂ ਭੰਨ ਲੈਂਦਾ, ਤਰ੍ਹਾਂ ਤਰ੍ਹਾਂ ਦਾ ਗੁੱਸਾ। ਉਹਨੇ ਆਪਣੇ ਬੁੱਲ ਟੁੱਕ ਲਏ, ਆਪਣੇ ਨੌਕਰ ਕੋਲ ਬੁਲਾ ਲਏ, ਜਿਹੜੇ ਵੱਡੇ ਵੱਡੇ ਅਫਸਰ ਸੀ ਉਹਦੇ, ਰਾਕਸ਼ ਬਿਰਤੀ ਵਾਲੇ ਲੋਕ ਕੋਲ ਬੁਲਾ ਕੇ ਹੁਕਮ ਕਰਦਾ, ਕਹਿੰਦਾ ਮੇਰਾ ਪਹਿਲਾ ਅਤੇ ਆਖਰੀ ਹੁਕਮ ਅਤੇ ਫਰਮਾਨ ਸਮਝੋ, ਜੋ ਮੈਂ ਕਹਿਤਾ ਬਸ ਉਹੋ ਹੀ ਕਰਨਾ ਏ। ਹਨਿਓ ਬਿਸ਼ਨ ਨੇ ਭਰਾਤਾ ਮੋਰਾ ਜੇ ਕੋ ਤੋ ਤੀਜ ਵੱਡ ਕੋਰਾ। ਕਹਿੰਦਾ ਜਿਸ ਵਿਸ਼ਨੂੰ ਦਾ ਪ੍ਰਭਾਵ ਲੋਕਾਂ ਤੇ ਬਹੁਤ ਹੈ, ਕਿਉਂਕਿ ਉਦੋਂ 24 ਅਵਤਾਰਾਂ ਦਾ ਯੁੱਗ ਸੀ, ਭਾਵੇਂ ਰੱਬ ਦੀਆਂ ਸ਼ਕਤੀਆਂ ਨੇ, ਰੱਬ ਨੇ ਆਪ ਭੇਜੇ ਹੋਏ ਆ, ਪਰ ਰੱਬ ਜੀ ਆਪ ਨਹੀਂ ਸੀ ਆਉਂਦੇ। ਵੱਡੇ ਅਹੁਦੇਦਾਰ ਸੀ ਉਹਦੇ, ਉਹ ਐਸ ਡੀ ਵਿਸ਼ਨੂੰ ਦੇ ਅਵਤਾਰ ਉਹਨਾਂ ਨੂੰ ਭੇਜੀ ਜਾਂਦੇ ਸੀ, ਉਹ ਕਲਾ ਦੇ ਕੇ ਹੈ ਤੇ ਅੰਸ਼ ਰੱਬ ਦੀ ਹੋਈ ਹੈ ਨਾ, ਅਤੇ ਇਹਨੇ ਹੁਕਮ ਕਰ ਦਿੱਤਾ ਵੀ ਮੇਰਾ ਵੈਰ ਪੈ ਗਿਆ ਵਿਸ਼ਨੂੰ ਦੇ ਨਾਲ, ਗੱਲਾਂ ਦੋ ਨੇ, ਜਾਂ ਰਹੂ ਵਿਸ਼ਨੂੰ ਅਤੇ ਜਾ ਰਹੂ ਮੈਂ। ਜਿੱਦੀ ਬਹੁਤ ਸੀ, ਰਾਜੇ ਮਹਾਰਾਜੇ ਜਿੱਦੀ ਹੁੰਦੇ ਆ, ਜਿੱਦ ਵੀ ਉਹ ਕਰਦਾ ਜਿਹਦੇ ਪੱਲੇ ਕੱਖ ਹੋਵੇ। ਜਿੱਦ ਕਰਕੇ ਆਪਣੇ ਨੌਕਰਾਂ ਨੂੰ ਕਹਿੰਦਾ ਏ, ਜਿਸ ਵਿਸ਼ਨੂੰ ਦਾ ਤੇਜ ਪ੍ਰਤਾਪ ਦੁਨੀਆਂ ਝੱਲਦੀ ਹੈ, ਦੁਨੀਆਂ ਮੰਨਦੀ ਹੈ, ਪਰਬਤਾਂ ਪਹਾੜਾਂ ਵਿੱਚ ਬੈਠੇ ਉਹਦੇ ਲੋਕ ਉਹਨੂੰ ਜਪਦੇ ਨੇ ਨਾ, ਮੇਰੀ ਇਸ ਧਰਤੀ 'ਤੇ ਕੋਈ ਨਹੀਂ ਰਹਿਣਾ ਚਾਹੀਦਾ, ਮੇਰੀ ਧਰਤੀ 'ਤੇ। ਧਰਤੀ ਕਿਹਦੀ ਹੈ? ਧਰਤੀ 'ਤੇ ਕਬੀਰ ਸਗਲੀ ਧਰਤੀ ਸਾਧਗੀ, ਤਸਕਰ ਬੈਸ ਹੈਗਾ ਇਹ ਬਾਣੀ ਕਹਿੰਦੀ, ਧਰਤੀ 'ਤੇ ਰੱਬ ਦੇ ਪਿਆਰਿਆਂ ਦੀ, ਬੰਦਗੀ ਵਾਲਿਆਂ ਦੀ, ਸਾਧੂਆਂ ਦੀ, ਪਰ ਇੱਥੇ ਤਾਂ ਤਸਕਰ ਚੋਰ ਇਕੱਠੇ ਹੋਏ ਬੈਠੇ, ਦੱਬੀ ਫਿਰਦੇ ਧਰਤੀ, ਅਗਵਾਇਰ ਕਰੀ ਫਿਰਦੇ ਆ, ਮੇਰੀ ਆ, ਮੇਰੀ ਆ, ਦੇਸ਼ ਮੇਰਾ, ਥਾਂ ਮੇਰੀ, ਹੈ ਤੇ ਭਗਤਾਂ ਦੀ ਹੈ ਧਰਤੀ। ਜਦੋਂ ਕਹਿੰਦੇ ਹੁਕਮ ਉਹਨੇ ਆਪਣੇ ਰਾਕਸ਼ਾਂ ਨੂੰ ਕਮਾਂਡ ਦੇ ਦਿੱਤੀ ਵੀ ਇੱਥੇ ਕੋਈ ਵੀ ਵਿਸ਼ਨ ਭਗਤ ਜਿਉਂਦਾ ਦਿਸਣਾ ਚਾਹੀਦਾ ਨਹੀਂ। ਜਦ ਅਪ ਸਮ ਹੈ ਅਹਰ ਪਕੇ ਤੋ ਕਰਤ ਬਿਖਮਤਾ ਭਗਤ ਨਹੀਂ ਤੋ। ਕਹਿੰਦੀ ਉਹਨੇ ਵੈਰ ਵਿਰੋਧ ਸਿਖਾਇਆ ਵੀ ਜਿੱਥੇ ਕੋਈ ਭਗਤੀ ਕਰਨ ਵਾਲਾ ਤੁਹਾਨੂੰ ਮਿਲ ਜਾਏ, ਉਹ ਚਾਹੇ ਕਿਸੇ ਅਵਤਾਰ ਦੀ ਕਰੇ, ਕਿਸੇ ਦੀ ਕਰੇ, ਢਾ ਲਓ ਬਸ, ਵੈਰ ਹੋ ਗਿਆ ਨਾ। ਹੁਣ ਭਗਤੀ ਕਰਨ ਵਾਲਾ ਚਾਹੇ ਵਿਸ਼ਨੂੰ ਨੂੰ ਮੰਨੇ, ਬ੍ਰਹਮੇ ਨੂੰ ਮੰਨੇ, ਸ਼ਿਵਜੀ ਨੂੰ ਮੰਨੇ, ਉਦੋਂ ਤਾਂ ਇਹਨਾਂ ਦਾ ਹੀ ਜ਼ਿਕਰ ਹੁੰਦਾ ਸੀ। ਕਹਿੰਦਾ ਮੈਨੂੰ ਨਹੀਂ ਦੱਸਣਾ ਚਾਹੀਦਾ, ਮੈਂ ਨਹੀਂ ਬਖਸ਼ਣਾ ਕਿਸੇ, ਜਿਹੜਾ ਵੀ ਤੁਹਾਡੇ ਸਾਹਮਣੇ ਆਵੇ ਅਤੇ 9 ਰਾਕਸ਼ਾਂ ਦੇ ਨਾਂ ਦਿੱਤੇ ਹੋਏ, ਜਿਹੜੇ ਉਸ ਵੇਲੇ ਕਰਨੀ ਕਮਾਈ ਦੇ ਮਾਲਕ ਸੀ, ਜਿਹਨਾਂ ਅੱਗੇ ਦੁਨੀਆ ਪਾਣੀ ਭਰਦੀ ਸੀ, ਕਹਿੰਦਾ ਤਲਵਾਰਾਂ ਚੁੱਕ ਲਓ ਆਪਣੀਆਂ। ਇੱਥੇ ਸਾਧ ਸੰਤ ਭਗਤ ਪਿਆਰਾ ਉਸ ਵਿਸ਼ਨੂੰ ਰੱਬ ਦਾ ਕੋਈ ਦਿਸਣਾ ਚਾਹੀਦਾ ਨਹੀਂ। ਗਤ ਲਜਾ ਬੋ ਕਪਟ ਪਰ ਬੀਨਾ ਆਪਣੇ ਸਿਮਰਨ ਕੇ ਹਿਤ ਪੀਨਾ। ਤੇ ਉਹਦੇ ਕੋਲ ਸੀ ਭਗਤੀ ਬੰਦਗੀ, ਕਿਉਂਕਿ ਤਪ ਕਰਕੇ ਰਾਜ ਮਿਲਿਆ ਹੋਇਆ ਸੀ ਪ੍ਰਹਿਲਾਦ ਜੀ ਦੇ ਪਿਤਾ ਨੂੰ। ਕਹਿੰਦਾ ਕਰ ਦਿਓ ਭਗਤੀ ਖਤਮ, ਕੋਈ ਚਿੰਤਾ ਨਹੀਂ, ਕਰੋ ਪਾਪ ਜਿੰਨੇ ਕਰ ਸਕਦੇ।
ਭੱਲੇ ਸੀ ਨਾ ਕੱਖ ਵੱਢੋ ਇਹਨਾਂ ਨੂੰ ਮਾਰੋ ਇਹਨਾਂ ਨੂੰ ਕਿਸੇ 'ਤੇ ਤਰਸ ਨਾ ਕਰਿਓ ਦਇਆ ਨਾ ਕਰਿਓ ਜਿਵੇਂ ਕਿ ਕਸਾਈ ਮੁਰਗੇ ਵੱਢਦਾ ਨਾ ਤਰਸ ਨਹੀਂ ਨਾ ਕਰਦਾ ਟਾਕੂਆ ਲੈ ਕੇ ਹੱਥ 'ਚ ਬਸ ਇੱਦਾਂ ਹੁਕਮ ਦੇ ਤਾ ਵੀ ਸਾਧਾਂ ਦਿਆਂ ਸਿਰਾਂ ਤੋਂ ਫੜ ਕੇ ਨਾ ਜਟਾਵਾਂ ਕਰਦਣਾ ਲਾ ਲਾ ਕੇ ਗਲਾਂ 'ਚ ਮਾਲਾ ਪਾਈ ਚੱਲੋ ਖੂਨ ਪੀਓ ਉਹਨਾਂ ਦਾ ਕੋਈ ਸਾਧ ਸੰਤ ਭਗਤ ਧਰਤੀ ਤੇ ਰਹਿ ਨਾ ਜਾਵੇ ਛਲ ਕਰ ਸ਼ੁਕਰ ਧਾਰ ਸਰੂਪਾ ਹਨਿਓ ਸਹੋਦਰ ਮਮ ਸੁਖ ਰੂਪਾ ਕਿਉਂਕਿ ਉਸ ਵਿਸ਼ਨੂੰ ਨੇ ਮੇਰਾ ਭਰਾ ਸੂਰ ਦਾ ਰੂਪ ਧਾਰਨ ਕਰਕੇ ਛਲ ਕਰਕੇ ਮਾਰਿਆ ਤੇ ਜਿਹਨੇ ਮੇਰੇ ਨਾਲ ਛਲ ਕੀਤਾ ਤੇ ਮੈਂ ਕਿਉਂ ਨਹੀਂ ਕਰ ਸਕਦਾ ਦੇਖੋ ਇਹ ਹੁਣ ਬਦਲੇ ਦੀ ਭਾਵਨਾ ਸ਼ੁਰੂ ਹੋ ਗਈ ਨਾ ਸ਼ੁਰੂਆਤ ਕਿੱਥੋਂ ਹੋਈ ਇੱਕ ਮਾੜੇ ਰਾਜ ਸ਼ਾਸਨ ਤੋਂ ਇੱਕ ਪਾਪੀ ਦੇ ਵਿਚਾਰਾਂ ਤੋਂ ਇੱਕ ਅਪਰਾਧੀ ਦੇ ਖਿਆਲਾਂ ਤੋਂ ਅਤੇ ਉਹ ਸਭ ਕੁਝ ਕਰਕੇ ਵੀ ਕਹਿੰਦਾ ਹੈ ਵੀ ਉਸ ਰੱਬ ਨੇ ਮੇਰਾ ਵੈਰ ਪਾ ਕੇ ਨੁਕਸਾਨ ਕੀਤਾ ਮੈਂ ਤਾਂ ਕੁਛ ਨਹੀਂ ਸੀ ਕਿਹਾ ਉਹਨੇ ਮੇਰਾ ਭਰਾ ਮਾਰਿਆ ਮੈਂ ਬਦਲਾ ਲੈਣਾ ਜਦੋਂ ਰਾਕਸ਼ਾਂ ਨੂੰ ਕਮਾਂਡ ਦੇ ਦਿੱਤੀ ਉਹਨਾਂ ਨੇ ਹਾਹਾਕਾਰ ਮਚਾ ਦਿੱਤੀ ਕਹਿੰਦਾ ਕੋਈ ਨਾ ਲੱਭੇ ਇੱਥੇ ਚਾਹੇ ਵਿਸ਼ਨੂੰ ਨੂੰ ਮੰਨੇ ਕੋਈ ਸ਼ਿਵ ਨੂੰ ਮੰਨੇ ਆਂਦਰਾਂ ਕੱਢ ਕੇ ਲੈ ਗਏ ਆ ਐਡਾ ਜ਼ੁਲਮ ਐਡਾ ਪਾਪ ਉਸ ਵੇਲੇ ਸ਼ੁਰੂ ਹੋ ਗਿਆ ਜਿਜ ਸੁਰ ਕਾਰਨ ਤਿਹਨੇ ਮਾਰ ਅਬੈ ਕੀਏ ਤੇ ਜਗਤ ਮਜਾਰ ਇੱਕੋ ਜਿਹਾ ਆਖਣ ਲੱਗੇ ਰਾਕਸ਼ ਕਹਿੰਦੇ ਜੀ ਇਹਦੇ 'ਚ ਦੇਵਤਿਆਂ ਨਾਲ ਵੈਰ ਪਾਉਣ ਦਾ ਤਾਂ ਕੋਈ ਫਾਇਦਾ ਹੀ ਨਹੀਂ ਉਹਨਾਂ ਕਿਹੜਾ ਮਾਰਿਆ ਕਹਿੰਦਾ ਚਾਹੇ ਹੋਵੇ ਕੋਈ ਦੇਵਤਾ ਤੇ ਚਾਹੇ ਹੋਵੇ ਬ੍ਰਾਹਮਣ ਮੈਨੂੰ ਤੇ ਹਰ ਇੱਕ ਦਾ ਖੂਨ ਚਾਹੀਦਾ ਹੈ ਤਲਾਬ ਭਰ ਦਿਓ ਖੂਨ ਮਤਲਬ ਧਰਮੀ ਬੰਦਾ ਕੋਈ ਵੀ ਹੋਵੇ ਮੈਂ ਨਹੀਂ ਜੇ ਬਖਸ਼ਣਾ ਇੰਨਾ ਹਰਖ ਚੜ ਗਿਆ ਇੰਨਾ ਗੁੱਸਾ ਚੜ ਗਿਆ ਕਿਉਂਕਿ ਦੋਨੇ ਭਰਾਵਾਂ ਨੇ ਹਰਨਾਕਸ਼ ਦਾ ਭਰਾ ਜਿਹਨੂੰ ਉਸ ਪ੍ਰਭੂ ਨੇ ਆਪ ਮਾਰਿਆ ਉਹਦਾ ਦੁੱਖ ਤਾਂ ਫਿਰ ਹੋਣਾ ਹੀ ਹੈ ਨਾ ਜੋ ਧਰਤੀ 'ਤੇ ਰਾਜ ਕਰਦਾ ਹੈ ਹੁਣ ਰਾਜ ਡਾਮਾਡੋਲ ਹੋ ਗਿਆ ਸੀ ਇਸੇ ਕਰਕੇ ਉਹਨੇ ਰਾਕਸ਼ਾਂ ਨੂੰ ਆਖਿਆ ਵੀ ਛੇਤੀ ਫਾਹਾ ਵੱਢੋ ਇਹਨਾਂ ਦਾ ਜੇ ਇੱਕ ਵੀ ਕੋਈ ਵਿਸ਼ਨੂੰ ਭਗਤ ਰਹਿ ਗਿਆ ਮੇਰੇ ਲਈ ਉਹ ਖਤਰਾ ਹੈ ਕੀ ਪਤਾ ਕਿੱਡੀ ਕੁ ਭਗਤੀ ਕਰੂਗਾ ਕਹਿੰਦਾ ਦੇਵਤਿਆਂ ਨੂੰ ਲਿਜਾਓ ਜਦ ਦੇਵਤਿਆਂ ਨੂੰ ਸੇਕ ਲੱਗੂਗਾ ਭੱਜੇ ਜਾਣਗੇ ਵਿਸ਼ਨੂੰ ਦੇ ਕੋਲ ਵਿਸ਼ਨੂੰ ਮੰਗੂ ਮਾਫੀਆਂ ਸਕੀਮ ਸੀ ਉਹਦੀ ਹੁਣ ਤੁਸੀਂ ਆਪ ਵੇਖੋ ਵੀ ਭਗਤੀ ਕਿੱਡੀ ਹੋਊਗੀ ਜਿਹੜਾ ਦੇਵਤਿਆਂ ਤੱਕ ਵੀ ਜ਼ੋਰ ਚਲਾ ਸਕਦਾ ਖੇਡ ਹੈ ਕੋਈ ਸਪਸ਼ਟ ਕਹਿ ਦਿੱਤਾ ਹੁਣ ਰਾਕਸ਼ ਆਏ ਰੋਹਲੇ ਖੇਤ ਭਿੜਨ ਕਹਿ ਜਾਏ ਲਸ਼ਕਰ ਤੇ ਕਾ ਮਰਸ਼ੀਆਂ ਸੂਰਜ ਦੇਖਣ ਨਾ ਪਾਏ ਐਸੀ ਹਾਲਤ ਰਾਕਸ਼ਾਂ ਨੇ ਕਹਿੰਦੇ ਸਾਜੁਗ ਦੇ ਵਿੱਚ ਬਣਾ ਦਿੱਤੀ ਖੂਨ ਦੇ ਖੱਪਰ ਭਰ ਭਰ ਕੇ ਪੀਂਦੇ ਖੋਪੜੀਆਂ ਗਲਾਂ ਵਿੱਚ ਲਾਹ ਲਾਹ ਕੇ ਮਾਲਾ ਤੇ ਹਾਰ ਬਣਾ ਲਏ ਅਬ ਤੁਮ ਜਾਹੋ ਖੋਜ ਜਗ ਸਾਰੋ ਦਿਜ ਮੁਨ ਤੇਨ ਸਕਲ ਸੰਘਾਰੋ ਆਪਣੇ ਇਲਾਕੇ ਮੁਲਤਾਨ ਵਿੱਚ ਤੇ ਕੋਈ ਸਾਧ ਫਕੀਰ ਪੰਡਿਤ ਛੱਡਿਆ ਹੀ ਨਾ ਹੁਣ ਹੁਕਮ ਕੀਤਾ ਕਹਿੰਦਾ ਇੱਥੇ ਤੇ ਸਫਾਇਆ ਹੋ ਗਿਆ ਵਿਸ਼ਨੂੰ ਭਗਤਾਂ ਦਾ ਮਤਲਬ ਰੱਬ ਨੂੰ ਮੰਨਣ ਵਾਲੇ ਕਿਸੇ ਪਾਸੇ ਮੰਨ ਲਓ ਹੁਣ ਪੂਰੀ ਦੁਨੀਆਂ 'ਚ ਜਾਓ ਜਿੱਥੇ ਜਿੱਥੇ ਕੋਈ ਧਰਮ ਕਮਾਉਣ ਵਾਲਾ ਦਿਸਦਾ ਜਾਂ ਤੇ ਈਨ ਮਿਲਾ ਕੇ ਮੈਨੂੰ ਰੱਬ ਕਹਾ ਦਿਓ ਜੇ ਨਹੀਂ ਮੈਨੂੰ ਮੰਨਦਾ ਭੜਕਾ ਦਿਓ ਕਿਉਂਕਿ ਕਈ ਬੜੇ ਲੋਕ ਇਹੋ ਜਿਹੇ ਸੀ ਡਰਦੇ ਜਿਵੇਂ ਔਰੰਗਜ਼ੇਬ ਤੋਂ ਡਰਦੇ ਕਈ ਹਿੰਦੂ ਮੁਸਲਮਾਨ ਬਣ ਗਏ ਸੀ ਧਰਮ ਬਦਲ ਲੈਂਦੇ ਸੀ ਪਰਿਵਰਤਨ ਕਰਦੇ ਸੀ ਅਤੇ ਉਸ ਵੇਲੇ ਵੀ ਕਹਿੰਦੇ ਬੜੇ ਕੱਚੇ ਪੱਕੇ ਧਰਮੀਆਂ ਨੇ ਆਪਣਾ ਧਰਮ ਛੱਡਿਆ ਹਰਨਾਕਸ਼ ਨੂੰ ਰੱਬ ਕਹਿਣ ਲੱਗ ਗਏ ਉਹ ਕਹਿੰਦਾ ਮੈਂ ਵਿਸ਼ਨੂੰ ਨਾਮ ਦੀ ਚੀਜ਼ ਦਾ ਫਾਹਾ ਹੀ ਪੜ੍ਹ ਦੇਣਾ ਇੱਕ ਵਿਸ਼ਨੂੰ ਹੈ ਜਿਹੜਾ ਅਵਤਾਰ ਧਾਰ ਕੇ ਧਰਤੀ 'ਤੇ ਆਉਂਦਾ ਜਿਹਦੇ ਪਿਆਰੇ ਭਗਤ ਉਹਨੂੰ ਮੰਨਦੇ ਨੇ ਕਹਿੰਦਾ ਉਹ ਪਾਵਰ ਹੁਣ ਮੈਂ ਬਣਨਾ ਸੁਪਰੀਮ ਪਾਵਰ ਜਿਵੇਂ ਚਾਈਨਾ ਬਣਨ ਨੂੰ ਫਿਰਦਾ ਨਾ ਅਮੈਰੀਕਾ ਦੇ ਵਿਰੁੱਧ ਅੱਜ ਦੇ ਸਮੇਂ ਸਮਝਣ ਲਈ ਅਮੈਰੀਕਾ ਕਹਿੰਦਾ ਦੁਨੀਆ 'ਤੇ ਰਾਜ ਮੈਂ ਕਰਦਾ ਚਾਈਨਾ ਕਹਿੰਦਾ ਇੱਦਾਂ ਕਿੱਦਾਂ ਫਿਰ ਇੱਧਰ ਆ ਜਾਂਦਾ ਉਹ ਰੋਜ਼ ਹੀ ਪੰਗੇ ਲੈਂਦਾ 56 ਇੰਚ ਦੀ ਛਾਤੀ ਵਾਲਾ ਲੱਭਦਾ ਹੀ ਨਹੀਂ ਉੱਥੇ ਅਗਲਿਆਂ ਨੇ 15 ਸ਼ਹਿਰ ਵਸਾ ਲਏ ਅਰੁਣਾਚਲ ਪ੍ਰਦੇਸ਼ ਵਿੱਚ ਅਸੀਂ ਹਿੰਦੂ ਮੁਸਲਮਾਨ ਕਰਦੇ ਫਿਰੀ ਜਾਂਦੇ ਹਾਂ ਧਰਮਾਂ ਦੀ ਲੜਾਈ 'ਚ ਹੀ ਲੜੀ ਜਾਂਦੇ ਹਾਂ ਉਸ ਵੇਲੇ ਔਰੰਗਜ਼ੇਬ ਨੇ ਵੀ ਨੀਤੀ ਇਹੀ ਅਪਣਾਈ ਹਰਨਾਕਸ਼ ਨੇ ਵੀ ਇਹ ਨੀਤੀ ਹੁੰਦੀ ਦੁਸ਼ਟ ਲੋਕਾਂ ਦੀ ਜਿਹੜਾ ਦੁਸ਼ਟ ਹੁੰਦਾ ਨਾ ਉਹਦਾ ਧਰਮ ਨਾ ਕੋਈ ਜਾਤ ਨਾ ਕੋਈ ਮਾਂ ਬਾਪ ਨਾ ਕੋਈ ਭੈਣ ਭਰਾ ਨਾ ਕੋਈ ਰਿਸ਼ਤੇਦਾਰ ਉਹ ਸਭ ਨੂੰ ਇੱਕੋ ਹੀ ਤਕੜੀ 'ਚ ਤੋਲਦਾ ਜਿਹੜਾ ਮਰਜ਼ੀ ਆ ਜਾਵੇ ਕਹਿੰਦੇ ਜੀ ਹਾਹਾਕਾਰ ਮੱਚਣਾ ਸ਼ੁਰੂ ਹੋ ਗਿਆ ਧਰਤੀ 'ਤੇ ਖੂਨ ਹੀ ਖੂਨ ਧਰਮੀਆਂ ਦਾ ਖੂਨ ਡੁੱਲਦਾ ਹੁਣ ਕਿਸੇ ਮਾੜੇ ਬੰਦੇ ਦਾ ਖੂਨ ਥੋੜ੍ਹਾ ਡੁੱਲਦਾ ਸੀਗਾ ਕਿੱਡਾ ਪਾਪ ਹੋਊ ਜਦੋਂ ਧਰਮੀ ਮਾਰੇ ਜਾਂਦੇ ਆ ਕੋਈ ਬ੍ਰਾਹਮਣ ਨਹੀਂ ਛੱਡਿਆ
कोई फकीर नहीं छड़िया, कोई साध नहीं छड़िया, सब निर्दोषे मार दिते। जह जह देखो विष्णु उपासन, तह तह की जय बेग बिनासन। जिथे जिथे किसी गुफा दे विच भी कोई विष्णु का उपासक बैठा उन्हें उत्थे ही मार के दब दिओ, ता जो कल नू कोई हिमाकत ना करे विष्णु विष्णु जपण दी, कोई रब नू चेते करे ही ना। अस सुने आयस तबे पुवाला, ताए दैत वड्डे बिकराला। वड्डे वड्डे दैत एक एक देश वाल वध के जी, भयानक दैत जिहड़े खून पी लैंदे सी, जिउंदे बंदियां नू खा लैंदे सी, इहो जिहे राक्षस बहुत होए दुनिया। राक्षस व्यक्ति के मन वज भी बड़े आ जी, बड़िया देशों के दे जोड़े बंद मास भी खा ले, मुरद्या खा लेते हैं कबर चु कड़ के। दुनिया से एक तो एक बंदा पे है, बस ना ही जाने उत्ते चल जाए। जो कहें इन राज दे के भेज दिता भी तुम मालिक हो, हूँ सीधी जी आप गल करिए भी रब की विरोधता शुरू होगी, क्योंकि विष्णु भी तो रब का रूप है, वो अंशा के सदे भी आया ना भेजे, क्योंकि रब की विरोधता दे कम शुरू हो गया जी। रब की बनाई कुदरत का खिलवाड़ लोगों मारन लग पे, कोई धर्म जपद मंदिर ढा दिता गया, मठ ढा दिते गए, थां थां ते अग्गा लाइया गई। तिन के नाम कहो सुन सो, दवै सिर संबर नमुचे जो। उस वेले जेडे राक्षस वड्डे भेजे उन्हां दे नां सी दवै सिर, जिते दो सिर मन्ने, नमची ते संगर, ए ओ वड्डे राक्षस ने जिन्हों का प्रताप हरनाक्ष जिन्ना सी। देखो गल्लां दो ने, मननियां पैनियां, एक धर्मी एक पापी, दोनों की एनर्जी बरकरार होंदी। माड़ा राजा होवे ना सारी परजा तपा लैंदा, उहदी इन्नी एनर्जी है कि दुनिया नूं सता के भी ना बदाम खा के सौं जांदा निश्चिंत हो के। ते धर्मी बंदा वो बड़े दुखी लोगों सड़े लोगों शांत कर दिंदा, उहदी भी एनर्जी तगड़ी है। उन्नी ते पापी दोनों दियां एनर्जियां ने, दोनों का जोर है। एक मनमुख बंदा तुहानू चार सतसंग करन वालियां नू माड़े थां ते लै जाऊ, वो इहो जिहियां गल्लां तुहानू सुणाऊगा, निंदिया कर करके हैरान कर दोगे, तुहानू उहदियां गल्लां चंगियां लगन लग जाणियां। मतलब उहदी एनर्जी एड्डी हाई सी, तुसीं सुणिया कीर्तन सुणे बंदगी सुणिया पाठ भुल के उहदे नाल निंदिया चला गए, क्यों? उहदा पूरा एड्डा प्रोटेक्ट करन वाला इन्ना हाईएस्ट है, उन्हें तुहानू अपनियां गल्लां च इन्ना इन्ना कोल जा लिया कि तुसी बंदगी भुल गए, भगती भुल गए। मनमुख कोले बह जाओ, उहदियां गल्लां दा प्रभाव है, क्यों? उहदा उरा स्ट्रोंग है। मनमुख कोल बैठो, गुरमुख कोल बह जाओ, उहदियां गल्लां दा प्रभाव तुहाडे ते पएगा, उहदा भी उरा स्ट्रोंग है। भी दोने चीज़ां दुनिया ते बराबर ने, देवी देवते चंगे ने ते राक्षस माड़े ने। हुण जे देवत्यां च करामातां ने, करामातां राक्षसां विच भी ने, जंग चलदा रहा ना। कदे चंडी दी वार दा पाठ करो ते पता लगे सानू ते डरा डरा के लोकां ने अंदर वाड़िया पे, आ पाठ ना कर ली आए हो जाऊ, दस केड़ी दुनिया च तुरे। कदे कोई पाठ भी है जिहड़ा करंट मारदा दिमाग खराब करदा, सुनिया कदे? आ सुनाउंदे, बाणी पढ़ी दा नुकसान कोई नहीं, जिन्नी पढ़ लोगे उन्नी फायदा है, उन्नी चंगी है, अंदर नूं दलासा दिंदी भी इत्थे ते एडे एडे माड़े लोग आ के हो गए, मना तूं क्यों वेख के लोगों नूं डोली जांदा घबराई जांदा। हरनाक्ष ने कहिंदे आ तीन राक्षसां नूं एक दिशा विच भेजता, हुण आपां दिशावां मन्नदे आ चार, पर गुरबाणी ने दिशावां मन्नियां दस। दह दिस किहनूं कहिंदे आ? दस दिशावां, चार दिशावां आसे पासे दीआं, चार इहनां दे कॉर्नर हो गए, चार दिशावां सीधियां हो गई ना, सज्जा खब्बा पूर्व पछम उत्तर दक्षिण, चार इन्हां दे कॉर्नर, अठ एक आकाश एक धरती, दस दिशावां वल अपने राक्षसां नूं तोरिया ऐ। तीन नैन पुन इलवल पाका, तीन लै नैन इलवल पाका, इह उहनां राक्षसां दे नाम ने जिन्हां नूं एक एक दिशा दे दित्ती। नौ सन, नौ भेजे आ नौ दिशावां दे विच, दसवीं दिशा धरती ते हरनाक्ष आप है। इत्थे दा नाम हरनाक्ष नहीं सी, उदों इहदा नाम सी हिरणकश्यप, बाद विच इहदा नाम तख्त ते बैठ के हरनाक्ष होया, जिहदे ने नाम जपाउणा शुरू कीता। हिरणकश्यप ने दसे दिशावां वल अपने दैत राक्षस भेजे ने। सुकन पलोमन यत बल जाक, सुकनी पलोमन
अस्तबल ये भी राक्षस कला कला राक्षस लखा लखा राक्षसां नूं लैके तुरिया है। हुण जे कोई बैठा बंदगी करदा दस बंदे जाके डांग फेर दो तो बेचारा कला की करूगा जिहदे हत्थ कोई डांग नहीं सोटा नहीं। ये राक्षस पहले इहो जिही विरती वाले सी कहिंदे बैठे साधुआं दे सिर भन्न दिंदे आ खून डोलदे आ आंदरा नचोड़ लैंदे ने बिपर चित ते आद अपार सुन जाएगे जगत मजार। नौवां राक्षस सी जिहदा नां सी बिपर चित। बिपर नाम है पंडित दा, पंडितां नूं चित करन वाला मारन वाला स्पैशल ड्यूटी भी तू ब्राह्मण रगड़ने ने चाहे विष्णु नूं मन्ने ब्रह्मे नूं मन्ने जाओ शिव नूं मन्ने। क्यों? क्योंकि पापी बंदे नूं हमेशा धर्मी बंदे तो खतरा ही खतरा। सतनाम धर्मी इन्ना नहीं सोचता जिन्ना पापी सोचता, सोचता है इहदा धर्म भ्रिष्ट किवें करावां, इहनूं की खवावां की पलावां किहो जिहियां गल्लां सुणावां किहो जी थां ते लैके जावां। उहनूं पता है भी जिदण इह मेरे नाल उठण बैठण लग गया अपने धर्म तो जीरो हो जूगा। सतनाम। पर जे धर्मी सूझवान है समझदार है ना वह किसी मनमुख नूं अपने नेड़े नहीं बहण दिंदा। बाणी लिखदी ना मनमुख सेती दोस्ती थोड़िया दिन चार। साहब कहिंदे मनमुखां दी दोस्ती सिर्फ चार दिन हुंदी है, बहुती नहीं है, क्योंकि मनमुखां ने अपने मन की मौज में रहना है। उन्हां नूं गुरु चंगा नहीं लगता, गुरु की गल चंगी नहीं लगती, उन्हां नूं अपना आप चंगा लगता है तो दूजे नूं हमेशा मूर्ख जानते हैं। यह है मनमुख। सतगुर कहिंदे ऐसे मनमुखां दी दोस्ती थोड़े दिनों की है, यह दोस्ती टुटदी बिलम ना हो गई नित दोस्ती चलन बेकार। पातशाह कहिंदे टुटदी दी देरी नहीं लगती, जुड़ी नहीं सकती, मन ही नहीं मिल सकते कदे, क्योंकि इत्थे पाप है कपट है। हुण उस वेले मनमुख लोगों ने काम शुरू करता जिथे साधु पानी पीते सी उत्थे लिया करके गावां दा खून सुटना शुरू करता। धर्मी नूं हराया किवें जा सकदा है? मनमुख बंदे दे हाथ दा खाना खाना शुरू कर दे धर्मी धर्मी नहीं रहिंदा। पाठ चलिया जाऊ, बंदगी चले जाऊ, सिमरन चलिया जाऊ, यही कारण है जिहड़े नाम जपण वालियां रूहां ने ना मनमुख दे हाथ दा पानी तां छड्डो पर छावां वी नहीं पैण दिंदे। ते जे कोई मनमुख दे हाथ दा खांदा उह ही मनमुख बण जांदा, दिखावे दा धर्मी धर्म नहीं रहिंदा। दीन दुनिया दे मालक गुरु नानक साहिब जी दे सन्मुख भगत प्रहलाद आप दसदे आ कहिंदे सब तो पहला वड्डे वड्डे धर्मी ते ब्राह्मणा दा धर्म भ्रिष्ट करन वास्ते खुराकां बदलियां, जे कोई नहीं मन्निया उहदा कतल कीता ऐ। मन्नेवर बिपर ब्रिंद जहरही करें उपद्रव मिल कर तेही। जंग लड़िया कई धर्मी शहीद हो गए, पहाड़ां विच जाके उहना गुफावां च बैठे सौ सौ साधु फकीर मार मकाए पत्थर सुट सुट गए भी किसी की भगती ना पूरी हो जाए। मनमुख बंदे का मिशन पता की है? एको ही मिशन है भी मैं ते रब नूं मनना नहीं ते मैं मनन किसी नूं देना नहीं। आपको सतनाम आई मिशन वास्ते दुनिया ते आया है, उहदा काम ही यह होंदा है। जोर ये लग्या होया है मनमुख बंदा धार्मिक थावां ते भी जाऊ, धर्मी लोगों च भी बैठूगा, धर्म दीआं गल्लां भी करूगा, पर अंदर मोटिव की है, मकसद की है? इन्हों का धर्म तोड़ दिया, धर्म तो दूर कर दिया। कहते राक्षस दसे दिशावां विच फैले, उन्हें हल्ला मचाउणा शुरू करता। जो तो ये सेक देवत्यां तक पहुँचे ना देवते चिंता च आ गए भी जे विष्णु अपने प्यारियां की रखिया नहीं कर सकता फिर भगती की लोड़ की आ? सतनाम जे बचाई नहीं सकता हाहाकार मच गई जी, यही तो सेक बचाउणा सी ना, यही होंदा है भी तुसी जो करना चाहुंदे हो ना बड़े तरीके नाल करो ते सामने वाले नूं उस गल दा सेक लग जे ते मिशन पूरा। ते हुण सेक लाउण दी कोशिश सी भी फिर आके ना विष्णु पैर फड़ूगा, मिन्तां करू, तरले करू भी हरनाक्ष बस कर यार, रोक अपने राक्षसां नूं, इह ते मेरे अणजाण बेदोशे लोकां नूं मारी जांदा जो मेरा नाम जपदे आ, तेरे राक्षस मारदे आ। इत्थे सी गल भी पैर फड़े आके माफ़ी मंगे आके, वरना मैं ही रब होवांगा, मैं ही होवांगा, मैथों बिना कोई। समा समाप्त है जी, जिवें जिवें महाराज कृपा करनगे इतिहास बड़ा गहरा है। भगत प्रहलाद अपनी रसना तो आप सुना रहे आ, ये कल्ली साखी हरनाक्ष दी नहीं है, स्टार्टिंग तो की कुछ होया वो दस रहे हैं।
कल दी दीवाना च आनंद माणांगे। वाहेगुरु वाहे।